ਤਾਜ਼ਾ ਮਾਮਲਾ ਸਾਹਮਣੇ ਆਉਂਦਾ ਹੈ ਬਠਿੰਡਾ ਤੋਂ ਜਿੱਥੇ ਪਤੀਜ਼ ਨੂੰ ਦੇਸ਼ਕ ਦੇ ਵਿੱਚ ਅੰਨੇ ਹੋਏ ਫੁੱਫੜ ਨੇ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਨੂੰ ਐਕਸੀਡੈਂਟ ਦਾ ਰੂਪ ਦਿੱਤਾ ਗਿਆ। ਉੱਥੇ ਭਤੀਜੇ ਤੇ ਫੁੱਫੜ ਨੇ ਚੜਾਇਆ ਟਰਾਲਾ। ਪੋਸਟਮਾਰਟਮ ਦੇ ਵਿੱਚ ਖੁੱਲ੍ਹੀ ਫੁੱਫੜ ਦੀ ਸਾਰੀ ਪੋਲ। ਦਰਅਸਲ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ SSP ਬਠਿੰਡਾ ਗੁਰਲੀਨ ਸਿੰਘ ਖੁਰਾਣਾ ਨੇ ਦੱਸਿਆ ਕਿ 9 ਮਾਰਚ ਨੂੰ ਬਠਿੰਡਾ ਮਲੋਟ ਰੋਡ 'ਤੇ ਅੰਬੂਜਾ ਸੀਮੈਂਟ ਸੈਕਟਰੀ ਕੋਲ ਲਖਵੀਰ ਸਿੰਘ ਵਾਸੀ ਗਿੱਦੜਵਾਹ ਦੀ ਲਾਸ਼ ਮਿਲੀ ਸੀ। ਇਸ ਸੰਬੰਧੀ ਪੁਲਿਸ ਦੇ ਵੱਲੋਂ 304 ਤਹਿਤ ਅਣਪਛਾਤੇ ਵਾਹਨ ਅਤੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪਰ ਐਕਸੀਡੈਂਟ ਦੀ ਘਟਨਾ ਸ਼ੱਕੀ ਜਾਪ ਰਹੀ ਸੀ ਜਦੋਂ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਐਕਸੀਡੈਂਟ ਨਹੀਂ ਬਲਕਿ ਸੋਚੀ ਸਮਝੀ ਸਾਜਿਸ਼ ਹੈ। ਇਸ ਤਹਿਤ ਲਖਵੀਰ ਸਿੰਘ ਦਾ ਕਤਲ ਕੀਤਾ ਗਿਆ। ਜਦੋਂ ਡੂੰਘਾਈ ਦੇ ਨਾਲ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਲਖਵੀਰ ਸਿੰਘ ਦੇ ਫੁੱਫੜ ਜਸਵਿੰਦਰ ਸਿੰਘ ਵੱਲੋਂ ਇਹ ਕਤਲ ਜਤਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨਾਲ ਮਿਲ ਕੇ ਕੀਤਾ ਗਿਆ। ਲਖਵੀਰ ਸਿੰਘ ਦਾ ਰਿਸ਼ਤਾ ਫੁੱਫੜ ਜਸਵਿੰਦਰ ਸਿੰਘ ਵੱਲੋਂ ਕਰਵਾਇਆ ਗਿਆ ਸੀ ਅਤੇ ਲਖਵੀਰ ਦੀ ਪਤਨੀ ਨਾਲ ਜਸਵਿੰਦਰ ਸਿੰਘ ਦੇ ਨਾਜਾਇਜ਼ ਸੰਬੰਧ ਸਨ, ਜਿਸ ਦੇ ਚੱਲਦਿਆਂ ਜਸਵਿੰਦਰ ਸਿੰਘ ਵੱਲੋਂ ਇਸ ਕਤਲਕਾਂਡ ਨੂੰ ਆਪਣੇ 2 ਸਾਥੀਆਂ ਦੇ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ। ਪਹਿਲਾਂ ਸਾਜਿਸ਼ ਤਹਿਤ ਲਖਵੀਰ ਸਿੰਘ ਨੂੰ ਬੁਲਾਇਆ ਗਿਆ, ਫਿਰ ਰੌੜ ਦੇ ਨਾਲ ਹਮਲਾ ਕਰ ਉਸ ਦੇ ਉੱਪਰ ਟਰਾਲਾ ਚੜਾ ਦਿੱਤਾ ਗਿਆ। ਕਤਲ ਦੀ ਘਟਨਾ ਐਕਸੀਡੈਂਟ ਦਾ ਰੂਪ ਦਿੱਤਾ ਗਿਆ। ਪੁਲਿਸ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ ਅਤੇ 3 ਲੋਕਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਉੱਥੇ ਹੀ ਕਤਲਕਾਂਡ ਵਿੱਚ ਵਰਤੇ ਗਏ ਟਰਾਲਾ ਤੇ ਰਾਡ ਵੀ ਪੁਲਿਸ ਨੇ ਬਰਾਮਦ ਕੀਤੀ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਕੁਝ ਕਹਿਣਾ ਹੈ ਪੁਲਿਸ ਦਾ। ਪਿਛਲੇ ਮਹੀਨੇ ਦੀ 9 ਤਰੀਕ ਨੂੰ ਇੱਕ ਇੰਸੀਡੈਂਟ ਹੋਇਆ ਸੀਗਾ ਬਠਿੰਡਾ ਮਲੋਟ ਰੋਡ ਦੇ ਉੱਤੇ, ਤੇ ਇੱਕ ਲਖਵੀਰ ਸਿੰਘ ਜਿਹੜਾ ਹੈਗਾ ਉਹਦੀ ਡੈਥ ਹੋਈ ਸੀਗੀ। ਜਦੋਂ ਮੌਕੇ ਤੇ ਜਿਹੜਾ ਹੋਈ ਸੀਗੀ ਇੰਸੀਡੈਂਟ ਉਹਦੇ ਬੇਸ ਤੇ ਅਸੀਂ ਪਰਚਾ ਦਰਜ ਕੀਤਾ ਸੀਗਾ ਐਕਸੀਡੈਂਟ ਦਾ, 304 ਦਾ ਪਰਚਾ ਦਰਜ ਕੀਤਾ ਸੀਗਾ ਨਾਮ ਮਲੂਮ ਵਿਅਕਤੀਆਂ ਦੇ ਉੱਤੇ। ਬਟ ਜਦੋਂ ਇਹਦੀ ਤਫਤੀਸ਼ ਕੀਤੀ ਗਈ ਤਾਂ ਉਹਦੇ 'ਚ ਸਾਨੂੰ ਇਹ ਚੀਜ਼ ਸਾਹਮਣੇ ਆਈ ਕਿ ਇਹ ਐਕਸੀਡੈਂਟ ਨਹੀਂ ਹੈਗਾ, ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਜਿਹੜਾ ਹੈਗਾ ਇਹ ਮਰਡਰ ਕੀਤਾ ਗਿਆ ਹੈਗਾ। ਔਰ ਇਸ ਸਿਲਸਿਲੇ 'ਚ ਅਸੀਂ ਕੱਲ੍ਹ 3 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ। ਇੱਕ ਹੈਗਾ ਜਸਵਿੰਦਰ ਸਿੰਘ ਕਾਲਾ, ਜਤਿੰਦਰ ਸਿੰਘ ਉਰਫ ਜਿੰਦੂ ਅਤੇ ਰੁਪਿੰਦਰ ਸਿੰਘ ਉਰਫ ਪਿੰਦਾ। ਜਿਹੜਾ ਜਤਿੰਦਰ ਕਾਲਾ ਹੈਗਾ ਇਹ ਇਹਦਾ ਫੁੱਫੜ ਲੱਗਦਾ ਹੈਗਾ ਮਰਨ ਵਾਲੇ ਦਾ, ਔਰ ਇਹਦੀ ਵਾਈਫ ਦੇ ਨਾਲ ਜਿਹੜਾ ਹੈਗਾ ਇਹਦੇ ਰਿਲੇਸ਼ਨ ਸੀਗੇ। ਉਸੇ ਰੰਜਿਸ਼ ਦੇ ਤਹਿਤ ਜਿਹੜਾ ਹੈਗਾ ਹੈ ਜਤਿੰਦਰ ਕਾਲੇ ਨੇ ਇਹਨਾਂ ਦੇ ਜ਼ਰੀਏ ਇਸ ਬੰਦੇ ਦਾ ਜਿਹੜਾ ਹੈਗਾ ਮਰਡਰ ਕਰਵਾਇਆ ਸੀਗਾ। ਔਰ ਇਹਨਾਂ ਦੇ ਕੋਲੋਂ ਜਿਹੜਾ ਮੌਕੇ 'ਤੇ ਇਹਨਾਂ ਨੇ ਰੌਡ ਦੇ ਨਾਲ ਇਹਦੇ ਮਰਡਰ ਕੀਤਾ ਸੀਗਾ, ਉਹ ਰੌਡ ਅਤੇ ਜਿਹੜੇ ਟਰਾਲੇ ਦੇ ਥਰੂ ਇਹਨਾਂ ਨੇ ਐਕਸੀਡੈਂਟ ਸ਼ੋਅ ਕੀਤਾ ਹੈਗਾ ਇਹਨੂੰ, ਉਹ ਦੋਨੋਂ ਚੀਜ਼ਾਂ ਬਰਾਮਦ ਕਰ ਲਈਆਂ ਹੈਗੀਆਂ ਨੇ ਔਰ ਅਗਲੀ ਤਫਤੀਸ਼ ਆਪਾਂ ਕਰ ਰਹੇ ਹੈਗੇ। ਉਹਦੀ ਪੁੱਛਗਿੱਛ ਹਜੇ ਜਾਰੀ ਹੈਗੀ ਹੈ, ਜੇਕਰ ਉਹਦਾ ਕੋਈ ਰੋਲ ਸਾਹਮਣੇ ਆਊਗਾ ਤਾਂ ਉਹਦੇ 'ਚ ਆਪਾਂ ਜ਼ਰੂਰ ਇਹਦੇ 'ਚ ਕੇਸ ਉਹਨੂੰ ਕਰਾਂਗੇ ਆਪਾਂ ਨੋਮੀਨੇਟ। ਮੈਂ ਉਹੀ ਦੱਸ ਰਿਹਾ ਹੈਗਾ ਜਿਹੜਾ ਲਖਵੀਰ ਹੈਗਾ ਜਿਹੜਾ ਮਰਨ ਵਾਲਾ, ਉਹ ਅਤੇ ਜਤਿੰਦਰ ਕਾਲਾ ਜਿਹੜਾ ਹੈਗਾ ਲਖਵਿੰਦਰ ਦਾ ਉਹ ਫੁੱਫੜ ਲੱਗਦਾ ਹੈਗਾ ਜਤਿੰਦਰ ਕਾਲਾ, ਇਸੇ ਨੇ ਇਹਦਾ ਰਿਸ਼ਤਾ ਕਰਾਇਆ ਸੀਗਾ। ਇਹਦਾ ਸੈਕਿੰਡ ਮੈਰਿਜ ਸੀਗੀ ਮੁੰਡੇ ਦੀ ਅਤੇ ਕੁੜੀ ਦੀ ਵੀ ਸੈਕਿੰਡ ਮੈਰਿਜ ਸੀਗੀ, ਔਰ ਇਹਨੂੰ ਲੱਗਦਾ ਸੀਗਾ ਕਿ ਇਹਦੇ ਨਾਲ ਇਹਦੇ ਰਿਲੇਸ਼ਨ ਹੈਗੇ ਨੇ ਇਹਦੇ ਫੁੱਫੜ ਦੇ ਕੁੜੀ ਦੇ ਨਾਲ, ਤਾਂ ਹੀ ਇਹ ਰੰਜਿਸ਼ ਨੂੰ ਲੈ ਕਰਕੇ ਪਹਿਲਾਂ ਵੀ ਇਹਨਾਂ ਦੀ ਆਪਸ ਵਿੱਚ ਮਾੜਾ ਮੋਟਾ ਜਿਹੜਾ ਹੈਗਾ ਅਣਬਣ ਹੋਈ ਹੈ ਕਈ ਵਾਰੀ, ਔਰ ਉਸੇ ਨੂੰ ਲੈ ਕਰਕੇ ਕਿ ਇਹਦੇ ਕੋਲ ਕੋਈ ਵੀਡੀਓ ਹੈਗੀ ਕੋਈ ਇਤਰਾਜ਼ ਵਾਲੀ, ਉਸ ਸਿਲਸਿਲੇ 'ਚ ਇਹਨੇ ਮਰਡਰ ਕਰਾਇਆ ਹੈਗਾ ਅਤੇ ਜਿਹੜਾ ਮੋਬਾਈਲ ਸੀਗਾ ਉਹਨੂੰ ਇਹਨਾਂ ਨੇ ਡਿਸਪੋਜ਼ ਆਫ ਕੀਤਾ ਹੈਗਾ। ਉਹ ਫਰਦਰ ਇਨਵੈਸਟੀਗੇਸ਼ਨ 'ਚ ਆਪਾਂ ਉਹ ਬਰਾਮਦ ਕਰਾਂਗੇ ਜੇਕਰ ਉਹ ਬਰਾਮਦ ਹੋਣ ਜੋਗਾ ਹੋਏਗਾ ਤਾਂ। ਖੇਤੀਬਾੜੀ ਕਰਦਾ ਸੀਗਾ, ਕੋਈ ਖਾਸ ਦਾ ਕੋਈ ਰੁਜ਼ਗਾਰ ਨਹੀਂ ਸੀ। ਕਿਸੇ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ। ਇਹ ਜਿਹੜੇ ਦੋ ਬੰਦੇ ਨੀਚੇ ਵਾਲੇ ਹੈਗੇ ਨੇ ਜਤਿੰਦਰ ਸਿੰਘ ਜਿੰਦੂ ਅਤੇ ਰੁਪਿੰਦਰ ਪਿੰਦਾ, ਇਹ ਦੋਨੋਂ ਜਿਹੜੇ ਹੈਗੇ ਟਰਾਂਸਪੋਰਟ ਦਾ ਕੰਮ ਕਰਦੇ ਹੈਗੇ ਨੇ, ਇੱਕ ਡਰਾਈਵਰ ਹੈਗਾ ਹੈ, ਔਰ ਜਿਹੜਾ ਮਰਾਉਣ ਵਾਲਾ ਹੈਗਾ ਬੰਦਾ ਉਹ ਵੀ ਜਿਹੜਾ ਹੈਗਾ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ। ਨਹੀਂ ਕਿਸੇ ਤਰੀਕੇ ਦੀ ਫਿਰੌਤੀ ਨਹੀਂ ਦਿੱਤੀ ਹੈ, ਇੱਕ ਦੂਜੇ ਦੇ ਨੋਨ ਹੈਗੇ ਨੇ। ਬਾਕੀ ਹੁਣ ਫਿਰੌਤੀ ਵਾਲਾ ਐਂਗਲ ਹੈ ਨਹੀਂ ਹੈ, ਕੋਈ ਪੈਸੇ ਦਿੱਤੇ ਸੀਗੇ ਕਿ ਨਹੀਂ ਦਿੱਤੇ ਸੀਗੇ, ਉਹ ਫਰਦਰ ਇਨਵੈਸਟੀਗੇਸ਼ਨ ਹੈ। ਜਦੋਂ ਆਪਾਂ ਪੁਲਿਸ ਰਿਮਾਂਡ 'ਤੇ ਬੰਦਿਆਂ ਨੂੰ ਲਵਾਂਗੇ ਫਿਰ ਉਹਦੇ 'ਚ ਆਪਾਂ ਪੁੱਛਗਿੱਛ ਕਰਕੇ ਪਤਾ ਕਰਾਂਗੇ। ਜਿਹੜਾ ਜਤਿੰਦਰ ਹੈਗਾ ਇਹ ਬਠਿੰਡੇ ਦਾ ਰਹਿਣ ਵਾਲਾ ਹੈਗਾ, ਬਾਕੀ ਦੋਨੋਂ ਬੰਦੇ ਜਿਹੜੇ ਹੈਗੇ ਨੇ ਉਹ ਮੁਕਤਸਰ ਦੇ ਰਹਿਣ ਵਾਲੇ ਹੈਗੇ, ਜਿਹੜਾ ਮਰਨ ਵਾਲਾ ਮੁੰਡਾ ਹੈਗਾ ਉਹ ਵੀ ਗਿੱਦੜਵਾਹੇ ਦਾ ਰਹਿਣ ਵਾਲਾ ਹੈ। ਹੁਣ ਉਹ ਫਰਦਰ ਇਨਵੈਸਟੀਗੇਸ਼ਨ 'ਚ ਆਪਾਂ ਕਲੀਅਰ ਕਰਦੇ ਹਾਂ ਕਿ ਇਹ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸੀਗੇ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੰਸੀਡੈਂਟ ਜਿਹੜਾ ਹੈਗਾ ਉਹਨੂੰ ਪੂਰੀ ਤਰੀਕੇ ਦੇ ਨਾਲ ਅੰਜਾਮ ਦਿੱਤਾ ਹੈਗਾ। 302 ਦਾ ਵਾਅਦਾ ਕਰਤਾ ਗਿਆ ਹੈਗਾ, ਔਰ ਬਾਕੀ ਆਪਾਂ ਹੁਣ ਇਹਨਾਂ ਨੂੰ ਪੇਸ਼ ਕਰਕੇ ਅਦਾਲਤ 'ਚ ਜਿਹੜਾ ਹੈਗਾ ਇਹਦਾ ਇਹਨਾਂ ਦਾ ਰਿਮਾਂਡ ਲਵਾਂਗੇ, ਫਿਰ ਹੋਰ ਇਹਨਾਂ ਦੀ ਪੁੱਛਗਿੱਛ ਜਿਹੜੀ ਹੈਗੀ ਡੂੰਘਾਈ ਨਾਲ ਕਰਾਂਗੇ। ਜਸਵਿੰਦਰ ਕਾਲਾ ਹੈਗਾ, ਨਹੀਂ ਜਸਵਿੰਦਰ ਦਾ ਟਰਾਲਿਆਂ ਦਾ ਨਹੀਂ ਕੰਮ ਹੈਗਾ, ਜਤਿੰਦਰ ਦਾ ਟਰਾਲਿਆਂ ਦਾ ਕੰਮ ਹੈਗਾ। ਹਾਂਜੀ, ਉਹਨੇ ਜਿਹੜਾ ਬੰਦਾ ਟਰਾਲੇ ਵਾਲਾ ਕੰਮ ਕਰਦਾ ਹੈਗਾ ਉਹਨੇ
ਤੇ ਨਾਲ ਜਿਹੜਾ ਇਹ ਰੁਪਿੰਦਰ ਹੈਗਾ ਜਿਹੜਾ ਡਰਾਈਵਰ, ਇਹਨਾਂ ਦੋਨਾਂ ਨੇ ਜਿਹੜਾ ਹੈਗਾ ਉਹ ਮਰਡਰ ਕੀਤਾ ਸੀਗਾ ਔਰ ਕਾਲੇ ਦੇ ਕਹਿਣ ਤੇ ਕੀਤਾ ਸੀਗਾ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈਗੀ ਹੈ ਉਹਦੇ ਵਿੱਚ ਦੋ ਸੱਟਾਂ ਇਹਦੀਆਂ ਸਰਦੀਆਂ ਆਈਆਂ ਹੈਗੀਆਂ ਨੇ ਸਿਰ ਤੇ, ਰੋਡ ਦੇ ਨਾਲ ਵੱਜੀਆਂ ਹੋਈਆਂ, ਕਿਉਂਕਿ ਐਕਸੀਡੈਂਟ ਵਿੱਚ ਰੋਡ ਦੀਆਂ ਸੱਟਾਂ ਨਹੀਂ ਵੱਜਦੀਆਂ ਹੈਗੀਆਂ ਨੇ। ਉਸੇ ਤੋਂ ਸਾਡਾ ਸ਼ੱਕ ਜਿਹੜਾ ਹੈਗਾ ਉਹ ਯਕੀਨ ਵਿੱਚ ਬਦਲ ਗਿਆ ਸੀਗਾ, ਤਾਂ ਹੀ ਸਾਡੀ ਇਹ ਤਫਤੀਸ਼ ਜਿਹੜੀ ਹੈਗੀ ਇਸ ਐਂਡ ਤੇ ਆਈ ਕਿ ਹਾਂ ਇਹਦੇ ਵਿੱਚ ਕੁਝ ਨਾ ਕੁਝ ਦਾਲ ਵਿੱਚ ਕਾਲਾ ਹੈਗਾ ਔਰ ਇਹਨੂੰ ਚੰਗੀ ਤਰੀਕੇ ਦੇ ਨਾਲ ਤਫਤੀਸ਼ ਕੀਤਾ ਜਾਣਾ ਚਾਹੀਦਾ ਹੈ। ਬਠਿੰਡਾ ਤੋਂ ਹਰਵਿੰਦਰ ਸਿੰਘ, ਅਵਿਨਾਸ਼ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ।